कलमनी रुकनी नित नवा कोई गाना आऊ जे ना टले ता मुड़ बलविंदर जटाना आऊ। जाने उन्हां दा मेन किसे ना बोलन बोलदे भी कटते और जे बोलना तां बड़े सत्कार नाल उन्होंने बोलना उन्हां नाल। कुछ लहर होर भी चलाई थी जिस तरह किसी दी बेटियां छड्डियां भी ने उन्हें घर बसाना और उस तो अलावा बरात अज दी जिहड़ी शोशेबाजी है इस तो उन्होंने खत्म करने वास्ते 11 बंदियां दा रवाज भी तोरे बरात विच सिर्फ 11 बंदे जाणगे। गौरमेंट थी गौरमेंट के हिसाब न जो है बलविंदर करके जो थोड़ा थोड़े सानू पूछते होंगे थे भी दसो कितने है क्या है देखो जो घर छड़ गया उन्होंने की हो कलमनी रुकनी नित नवा कोई गाना आऊ जे ना टले ता मुड़ बलविंदर जटाना आऊ। सिद्धू मूसेवाला भावें इस दुनिया दे विच नहीं रहा पर उसके गीत ने पूरी तरथली मचाई हुई है दुनिया भर दे विच इस गीत नू सुनिया जा रहा तो इस गीत दे विच बलविंदर जटाना का नाम आया जिन्हां दा एनकाउंटर हो गया सी उन्हां नू मार गिरा दिता गया सी तो उस तो पहला उन्हां दे परिवार नू अजीत पूला ते उहदे साथियां दे वल्लों जिहड़ा जिंदा साड़ दिता गया सी घर नू फूक दिता गया सी अग जिहड़ी है लगा दिती गई है सी तो असीं अज उसे घर दे बाहर खड़े हां तस्वीरां असीं तुहानू दिखा रहे हां इह बलविंदर जटाना भाई बलविंदर जटाना दा जिहड़ा घर है जिसनू जिहड़ा हैगा उस समय अग लगा दिती गई सी हालांकि नवां सारा बनाया गया पर इत्थे ही उह घर सीगा पुराना सीगा जिहड़ा जिसनू अग लगाई गई सी जिंदा साड़ दिते गए सन जिन्हां दे विच उन्हां दी दादी मौजूद सीगी उन्हां दी मासी मौजूद सी एक छोटी जी बच्ची अपाहज बच्ची भी सीगी ते उन्हां दी भैण भी मौजूद सी तां इसे घर दे विच इसे जगह ते उह पुराना घर सीगा जिसनू अग लगा के अजीत सिंह पूला ते उसदे साथियां दे वल्लों जिहड़ा हैगा साड़ दिता गया सीगा। तां अज जिक्र होया SYL गाना आया ਤਾਂ ਇਸ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਦਾ ਜਿਹੜਾ ਨਾਮ ਸਾਹਮਣੇ ਆਇਆ ਤਾਂ ਪਹਿਲਾਂ ਸ਼ਾਇਦ ਕੋਈ ਨਹੀਂ ਜਾਣਦਾ ਸੀਗਾ ਬਲਵਿੰਦਰ ਸਿੰਘ ਜਟਾਣਾ ਨੂੰ ਟਾਵਾਂ ਟਾਵਾਂ ਕੋਈ ਬੰਦਾ ਜਿਹੜਾ ਜਾਣ ਸਕਦਾ ਤਾਂ ਹੁਣ ਖੁੱਲ੍ਹ ਕੇ ਲੋਕ ਜਾਣਨਾ ਚਾਹ ਰਹੇ ਨੇ ਕਿ ਆਖਿਰ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਕੀ ਸੀ SYL ਦੇ ਨਾਲ ਉਹਨਾਂ ਦਾ ਕਨੈਕਸ਼ਨ ਤਾਂ ਅੱਜ ਸਾਡੇ ਨਾਲ ਉਹਨਾਂ ਦੇ ਭਰਾ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਪੂਰੀ ਅਸੀਂ ਗੱਲਬਾਤ ਕਰਾਂਗੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਚਾਚਾ ਜੀ ਦੇ ਬੇਟੇ ਹੈਗੇ ਨੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਾਮ ਜਾਣਾਂਗੇ ਪਹਿਲਾਂ ਜਸਵੀਰ ਸਿੰਘ ਜਸਵੀਰ ਜੀ ਜਸਵੀਰ ਜੀ ਕਿਵੇਂ ਦੇ ਸੀਗੇ ਭਾਈ ਬਲਵਿੰਦਰ ਸਿੰਘ ਜਟਾਣਾ ਉਹ ਬੜੇ ਸਾਊ ਸੁਭਾਅ ਦੇ ਤੇ ਜੀ ਕਿਸੇ ਨਾਲ ਵੀ ਪਿੰਡ 'ਚ ਕਦੇ ਲੜੇ ਨਹੀਂ ਔਰ ਜਾਨੀ ਉਹਨਾਂ ਦਾ ਮੇਨ ਕਿਸੇ ਨਾਲ ਬੋਲਣ ਬੋਲਦੇ ਵੀ ਘੱਟਤੇ ਔਰ ਜੇ ਬੋਲਣਾ ਤਾਂ ਬੜੇ ਸਤਿਕਾਰ ਨਾਲ ਉਹਨਾਂ ਨੇ ਬੋਲਣਾ ਉਹਨਾਂ ਨਾਲ ਔਰ ਪਿੰਡ 'ਚ ਪੂਰੀ ਉਹਨਾਂ ਦੀ ਜਾਨੀ ਪਿਆਰ ਮੁਹੱਬਤ ਰੱਖਦੇ ਤੇ ਪਰਿਵਾਰ ਦੇ ਵਿੱਚ ਫਿਰ ਕਿਵੇਂ ਕਿਵੇਂ ਕੌਣ ਕੌਣ ਇਕੱਠੇ ਰਹਿੰਦੇ ਸੀ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਇੱਕ ਬਲਵਿੰਦ ਪਹਿਲਾਂ ਜਦੋਂ ਘਰ ਦੇ ਵਿੱਚ ਰਹਿੰਦੇ ਬਲਵਿੰਦਰ ਦਾ ਸਾਡੇ ਤਾਏ ਜੀ ਦੇ ਵੱਡੇ ਔਰ ਛੋਟੇ ਤਾਇਆ ਜੀ ਉਸ ਤੋਂ ਬਾਅਦ ਇੱਕ ਜਿਹੜੀ ਹੈਗੀ ਆ ਉਹਨਾਂ ਦੀ ਸਾਡੀ ਤਾਏ ਜੀ ਯਾਨੀ ਬਲਵਿੰਦਰ ਦੀ ਮਾਸੀ ਵੀ ਲੱਗਦੀ ਸੀ ਚਾਚੀ ਵੀ ਲੱਗਦੀ ਸੀ ਉਹਨਾਂ ਦੀ ਬੇਟੀ ਔਰ ਦੋ ਚਾਚੇ ਯਾਨੀ ਤਾਇਆ ਜੀ ਦੇ ਜਿਹੜੇ ਬਲਵਿੰਦਰ ਦੇ ਚਾਚਾ ਜੀ ਦੇ ਬੇਟੇ ਦੋ ਬੇਟੇ ਅਤੇ ਇੱਕ ਹਰਪ੍ਰੀਤ ਅਤੇ ਇੱਕ ਦਲਵੀਰ ਸਿੰਘ ਜੀ ਵੱਡਾ ਦਲਵੀਰ ਸਿੰਘ ਛੋਟਾ ਹਰਪ੍ਰੀਤ ਹੈ ਔਰ ਇੱਕ ਮਨਪ੍ਰੀਤ ਭੈਣ ਸੀ ਯਾਨੀ ਚਾਚਾ ਜੀ ਦੀ ਜਿਹੜੀ ਬੇਟੀ ਸੀ ਇੱਕ ਪਾਣੀ ਸਾਡੀ ਜਿਹੜੀ ਵੱਡੀ ਸਿਸਟਰ ਬਲਵਿੰਦਰ ਦੀ ਵੱਡੀ ਸਿਸਟਰ ਸੀ ਸੁਰਿੰਦਰ ਕੌਰ ਉਹਨਾਂ ਦੀ ਜਿਹੜੀ ਬੇਟਾ ਤਾ ਉਹ ਇੱਥੇ ਰਹਿੰਦਾ ਤਾ ਬਲਵਿੰਦਰ ਦਾ ਭਾਣਜਾ ਜੀ ਉਹ ਥੋੜ੍ਹਾ ਜਿਹਾ ਅਪਾਹਜ ਤਾ ਜੀ ਉਹਨਾਂ ਨੂੰ ਪੋਲੀਓ ਗ੍ਰਸਤ ਥੋੜ੍ਹੇ ਜਿਹੇ ਉਹ ਇਸ ਕਰਕੇ ਉਹ ਇੱਥੇ ਹੀ ਰਹਿੰਦੇ ਸੀ ਸਾਡੀ ਜਿਹੜੀ ਮਾਸੀ ਦੀ ਬੜੀ ਦਲੇਰ ਸੀ ਬਹੁਤ ਜ਼ਿਆਦਾ ਉਹ ਯਾਨੀ ਉਹਨੇ ਆਪਣੇ ਕੋਲ ਰੱਖਦੀ ਸੀ ਬੱਚੇ ਹਾਂ ਤੇ ਉਸ ਤੋਂ ਕੀ ਕਾਰਨ ਬਣ ਗਏ ਸੀਗੇ ਕਿਵੇਂ ਸਾਰਾ ਕੁਝ ਹੋਏ ਕਿਵੇਂ ਤੁਹਾਨੂੰ ਪਤਾ ਲੱਗਿਆ ਸੀਗਾ ਇਹ ਤਾਂ ਦੇਖੋ ਸਾਨੂੰ ਬਾਅਦ 'ਚੋਂ ਹੀ ਪਤਾ ਲੱਗਿਆ ਜੀ ਐਕਚੁਅਲ ਪਹਿਲਾਂ ਇਹਨਾਂ ਨੇ ਸਟੱਡੀ ਇੱਥੇ ਕੀਤੀ ਆਪਣਾ ਜਟਾਣੇ ਪਿੰਡ ਦੇ ਵਿੱਚ ਫਿਰ ਉਹ BA ਤੱਕ ਉਹਨਾਂ ਨੇ ਬੇਲਾ ਕਾਲਜ ਕੀਤੀ ਔਰ MCOM ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਉਹ ਰੋਪੜ ਕਰ ਰਹੇ ਸੀ ਰੋਪੜੇ ਵੀ ਦੇ ਉੱਥੇ ਇਹਨਾਂ ਨੇ ਪਾਠ ਰਖਾਇਆ ਜਦੋਂ ਹਰ ਸਾਲ ਤੁਹਾਨੂੰ ਪਤਾ ਹੀ ਆ ਜਿਹੜੇ ਸਟੂਡੈਂਟ ਹੈ ਇਕੱਠੇ ਹੋ ਕੇ ਮਿਲ ਕੇ ਪਾਠ ਰਖਾਉਂਦੇ ਨੇ ਤਾਂ ਉੱਥੇ ਪਾਠ ਰਖਾਇਆ ਪਾਠ ਦੇ ਵਿੱਚ ਉੱਥੇ ਉਸ ਟਾਈਮ ਯਾਨੀ ਪ੍ਰੋਫੈਸਰ ਸਿੰਘ ਦਰਸ਼ਨ ਸਿੰਘ ਜੀ ਨੇ ਆਉਣਾ ਤਾ ਜਦੋਂ ਉੱਥੇ ਆਉਣਾ ਤਾਂ ਉਹਨਾਂ ਨੂੰ ਲੱਗ ਗਿਆ ਪਤਾ ਪੁਲਿਸ ਨੂੰ ਔਰ ਪੁਲਿਸ ਨੇ ਇਹਨਾਂ ਨੂੰ ਚਾਰ ਪੰਜ ਬੰਦੇ ਨੂੰ ਚੱਕ ਲਿਆ ਲੇਕਿਨ ਚਾਰ ਪੰਜ ਬੰਦਿਆਂ
ਦਿਨਾਂ ਬਾਅਦ ਛੱਡਿਆ ਗਿਆ ਉਹਨਾਂ ਨੂੰ। ਕੀ ਸਨ ਦੀ ਗੱਲ ਹੈ? ਸਾਲ ਉਹ ਹੈਗੀ ਤੁਹਾਡੀ 85 ਦੀ ਗੱਲ ਹੈ ਜੀ, 85-86 ਦੀ ਗੱਲ ਹੈ ਜੀ। ਮੇਰੇ 85-86 ਦੀ ਗੱਲ, 87 ਦੇ ਵਿੱਚ ਤਾਂ ਅਪ੍ਰੈਲ 'ਚ ਘਰ ਤੋਂ ਚਲੇ ਗਏ ਜੀ। ਉਸ ਤੋਂ ਬਾਅਦ ਘਰ ਨਹੀਂ ਸੀ ਆਏ ਵਾਪਸ? ਉਸ ਤੋਂ ਬਾਅਦ ਘਰ ਨਹੀਂ ਵਾਪਸ ਆਏ। ਬਹੁਤ ਸਾਰੇ ਕਹਿੰਦੇ ਹੱਕਾਂ ਦੀ ਗੱਲ ਕਰਦੇ ਸੀਗੇ ਬਲਵਿੰਦਰ ਸਿੰਘ ਜਟਾਣਾ ਜੀ। ਹੱਕਾਂ ਦਾ ਦੇਖੋ ਇਹ ਵੀ ਨਹਿਰ ਦਾ ਵੀ ਉਹਨਾਂ ਨੇ ਦੇਖੋ, ਉਹਨਾਂ ਦੇ ਪਤਾ ਨਹੀਂ ਉਹਨਾਂ ਦੇ ਸੋਚ ਕੀ ਆਇਆ ਵੀ ਨਹਿਰ ਦਾ ਵੀ ਦੇਖੋ ਸਾਨੂੰ ਵੀ ਜੇ ਸਾਨੂੰ ਤਾਂ ਦੇਖੋ ਇਹ ਨਹੀਂ ਪਤਾ ਵੀ ਉਹਨਾਂ ਨੇ ਮਾਰਿਆ, ਲੇਕਿਨ ਜੋ ਉਸ ਟਾਈਮ ਦੀ ਖਬਰ ਤੀ ਨਿਊਜ਼ ਪੇਪਰਾਂ ਦੇ ਵਿੱਚ ਤਾਂ ਉਹਦੇ ਵਿੱਚ ਵੀ ਆਇਆ, ਔਰ ਆਮ ਲੋਕਾਂ ਦੇ ਪੁਲਿਸ ਨੇ ਵੀ ਇਹੀ ਕਹਿੰਦੇ ਵੀ ਉਹਨਾਂ ਨੇ ਮਾਰੇ ਆ। ਦੇਖੋ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈ, ਲੇਕਿਨ ਸਿਰਫ ਅਖਬਾਰਾਂ ਤੇ ਪੁਲਿਸ ਦੇ ਜ਼ਰੀਏ ਪਤਾ ਲੱਗਿਆ, ਉਸ ਤੋਂ ਜਿਹੜੇ ਪਤਾ ਲੱਗਿਆ। ਲੇਕਿਨ ਉਸ ਤੋਂ ਇਲਾਵਾ ਉਹਨਾਂ ਨੇ ਉਸ ਤੋਂ ਪਹਿਲਾਂ ਕੁਛ ਲਹਿਰ ਹੋਰ ਵੀ ਚਲਾਈ ਸੀ, ਜਿਸ ਤਰ੍ਹਾਂ ਕਿਸੇ ਦੀਆਂ ਬੇਟੀਆਂ ਛੱਡੀਆਂ ਵੀ ਨੇ ਉਹਨਾਂ ਘਰ ਵਸਾਉਣਾ, ਔਰ ਉਸ ਤੋਂ ਇਲਾਵਾ ਬਰਾਤ ਅੱਜ ਦੀ ਜਿਹੜੀ ਸ਼ੋਸ਼ੇਬਾਜ਼ੀ ਹੈ ਇਸ ਤੋਂ ਉਹਨਾਂ ਨੂੰ ਖਤਮ ਕਰਨ ਵਾਸਤੇ 11 ਬੰਦਿਆਂ ਦਾ ਰਿਵਾਜ਼ ਵੀ ਤੋਰੇ। ਬਰਾਤ ਦੇ ਵਿੱਚ ਸਿਰਫ 11 ਬੰਦੇ ਜਾਣਗੇ, ਕਈ ਜਗ੍ਹਾ ਪਿੰਡਾਂ ਦੇ ਵਿੱਚ ਤਾਂ ਇਹ ਵੀ ਹੋਇਆ ਵੀ ਜਿਹੜੇ ਬਰਾਤੀ ਤੇ ਉਹਨਾਂ ਦੇ ਪਾਥੀਆਂ ਤੱਕ ਪਤਾਈਆਂ ਗਈਆਂ। ਲਾਗ ਲਪਾ ਦੇ ਪਿੰਡਾਂ ਦਾ ਵੈਸੇ ਰੌਲਾ ਪੈ ਜਾਂਦਾ ਤਾਂ ਇਸ ਤਰ੍ਹਾਂ ਹੁੰਦਾ। ਕਦੇ ਫਿਰ ਉਸ ਤੋਂ ਬਾਅਦ ਜਦੋਂ ਘਰ ਛੱਡ ਕੇ ਕਦੇ ਰਾਬਤਾ ਨਹੀਂ ਹੋਇਆ ਪਰਿਵਾਰ ਦੇ ਨਾਲ? ਨਹੀਂ, ਪਰਿਵਾਰ ਨਾਲ ਰਾਬਤਾ ਨਹੀਂ। ਚੰਗਾ ਲੱਗਦਾ ਸੀ ਵੀ ਕਿ ਕਈ ਚੰਗੇ ਕੰਮਾਂ ਦੇ ਵਿੱਚ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਲੱਗੇ ਹੋਏ ਸੀ? ਦੇਖੋ ਉਸ ਟਾਈਮ ਸਾਨੂੰ ਜਿਹੜੀ ਹੈ ਪੁਲਿਸ ਬਹੁਤ ਤੰਗ ਕਰਦੀ ਸੀ, ਕੋਈ ਨੇੜੇ ਤੇੜੇ ਵਾਰਦਾਤ ਹੋ ਜਾਣੀ ਆ, ਠੀਕ ਹੈ, ਔਰ ਨੇੜੇ ਤੇੜੇ ਵਾਰਦਾਤ ਹੋਣ ਤੋਂ ਬਾਅਦ ਉਹਨਾਂ ਨੂੰ ਜਦੋਂ ਸਾਡੇ ਤਾਇਆ ਜੀ ਦੋਨੋਂ ਤਾਇਆ ਜੀ ਨੇ ਜਾਣਾ, ਸਾਡੇ ਛੋਟੇ ਤਾਇਆ ਜੀ ਦਾ ਜਿਹੜਾ ਵੱਡਾ ਬੇਟਾ ਹੈ ਉਹ ਦਲਵੀਰ, ਉਹਨਾਂ ਨੂੰ ਵੀ ਲੈ ਜਾਣਾ, ਬਸ ਯਾਨੀ ਤੰਗ ਪਰੇਸ਼ਾਨ। ਕੋਈ ਵੀ ਅਗਰ ਕੇਸ ਬਲਵਿੰਦਰ ਨਾਲ ਜੁੜਨ ਦਾ ਸੀ ਤਾਂ ਪਰਿਵਾਰਕ ਮੈਂਬਰ ਨੂੰ ਚੱਕ ਲੈਂਦੇ ਸੀ? ਕਈ ਵਾਰ ਸਾਨੂੰ ਵੀ ਇਹਦੇ ਵਿੱਚ ਲੈ ਕੇ ਗਏ ਹੈ, ਪਰ ਸਾਨੂੰ ਐਵੇਂ ਤੁਹਾਨੂੰ ਕਹਾਂ ਵੀ ਸਾਨੂੰ ਪੁਲਿਸ ਨੇ ਤੰਗ ਕਰਿਆ, ਨਹੀਂ ਸਾਨੂੰ ਕੁਛ ਨਹੀਂ ਕਿਹਾ। ਅਸੀਂ ਤਾਂ ਸਿੱਧਾ ਕਹਿੰਦੇ ਵੀ ਅਸੀਂ ਤਾਂ ਦੇਖੋ ਕੁਰਾਲੀ ਰਹਿੰਦੇ ਆ ਵੀ ਸਾਨੂੰ ਇਹਦੇ ਪਤਾ ਹੀ ਨਹੀਂ ਹੈਗਾ ਵੀ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਹੈਗਾ, ਪਰ ਸਾਨੂੰ ਕਦੇ ਏਦਾਂ ਦੀ ਗੱਲ ਨਹੀਂ ਹੈਗੀ। ਜਦੋਂ ਇਨਕਾਊਂਟਰ ਹੋਇਆ ਸੀ ਫਿਰ ਕਿਵੇਂ ਪਤਾ ਲੱਗਿਆ ਸੀਗਾ ਕਿ ਬਲਵਿੰਦਰ ਸਿੰਘ ਦਾ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ? ਮੁਕਾਬਲੇ 'ਚ ਇਸ ਤਰ੍ਹਾਂ ਤਾਂ ਜੀ ਜਦੋਂ ਇੱਥੇ ਸਾਡੇ 30 ਅਗਸਤ ਦੀ ਸਵੇਰੇ ਸਾਡੇ ਜਿਹੜੇ ਪਰਿਵਾਰ ਦੇ ਦਾਦੀ ਮੇਰੀ ਤਾਈ ਔਰ ਤਾਈ ਦੀ ਬੇਟੀ ਔਰ ਭਾਣਜਾ ਜਿਹੜਾ ਹੈਗਾ ਬਲਵਿੰਦਰ ਦਾ ਉਹ ਜਦੋਂ ਇੱਥੇ ਮਾਰ ਕੇ ਜਿਹੜੇ ਮਾਰੇ ਗਏ, ਉਸ ਤੋਂ ਬਾਅਦ ਜਦੋਂ ਉਹਨਾਂ ਦੇ ਭੋਗ ਦੀ ਗੱਲ ਚੱਲ ਰਹੀ ਸੀ ਗੁਰੂ ਅਰਜਨ ਸਾਹਿਬ ਦੇ ਵਿੱਚ, ਤਦ ਉੱਥੇ ਕਿਸੇ ਬੰਦੇ ਨੇ ਆ ਕੇ ਵੀ ਐਂ ਪਤਾ ਲੱਗਿਆ ਵੀ ਜਿਹੜਾ 4 ਸਤੰਬਰ ਨੂੰ ਹੈ ਵੀ ਵੀ ਖਬਰ ਆ ਰਹੀ ਹੈ ਵੀ ਬਲਵਿੰਦਰ ਜਟਾਣੇ ਦਾ ਮੁਕਾਬਲਾ ਹੋ ਗਿਆ, ਉੱਥੇ ਗੁਰਦਾਸ ਸਾਹਿਬ 'ਚ ਪਤਾ ਲੱਗਿਆ। ਤੁਹਾਨੂੰ ਕਦੇ ਕਿਸੇ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਕੌਣ ਮਾਰ ਕੇ? ਕਿ ਹਾਲਾਂਕਿ ਅਜੀਤ ਪੂਲੇ ਦਾ ਨਾਮ ਆਉਂਦਾ ਕਿ ਉਹ ਸਾਥੀਆਂ ਨਾਲ ਆਏ ਸੀ ਮਿਲਕੇ, ਕਦੇ ਕਿਸੇ ਪਿੰਡ ਦੇ ਬੰਦੇ ਨੇ ਕੁਝ ਦੱਸਿਆ ਹੋਵੇ? ਨਹੀਂ, ਪਿੰਡ ਦੇ ਬੰਦੇ ਨੇ ਕਦੇ ਇਸ ਤਰ੍ਹਾਂ ਨਹੀਂ। ਜਿਹੜਾ ਪੂਲੇ ਦੀ ਗੱਲ ਵੀ ਦੇਖੋ ਇਹ ਵੀ ਸਾਨੂੰ ਨਿਊਜ਼ ਪੇਪਰਾਂ ਦੇ ਵਿੱਚ ਪਤਾ ਲੱਗਿਆ ਜਾਂ ਆਮ ਦੇਖੋ ਇਹ ਮੀਡੀਆ ਤੁਹਾਨੂੰ ਪਤਾ ਵੀ ਜਾਗਰਤ ਕਰ ਦਿੰਦਾ ਵੀ ਕੋਈ ਜੋ ਵੀ ਹੈਗਾ, ਅਦਰਵਾਈਜ਼ ਸਾਨੂੰ ਇੱਦਾਂ ਦਾ ਕੋਈ ਉਹ ਨਹੀਂ ਹੈਗਾ ਵੀ ਫੂਲਾ ਜੀ ਨੇ ਕੀਤਾ, ਪੂਲੇ ਨੇ ਕਰ ਕੇ ਪੱਲੇ ਕਹਿੰਦਾ ਉਹ ਕਹਿੰਦੇ ਕਬੂਲ ਉਹਨਾਂ ਨੇ ਖੁਦ ਪਿੰਕੀ ਕੈਂਟ ਦਾ ਸੁਮੇਸ਼ ਸੈਣੀ ਦਾ ਉਹਨਾਂ ਨੇ ਖੁਦ ਵੀ ਇਹ ਗੱਲ ਕਹੀ ਹੈ ਔਰ ਨਿਊਜ਼ ਪੇਪਰਾਂ ਦੇ ਵਿੱਚ ਵੀ ਆਇਆ, ਬਾਕੀ ਤਾਂ ਹੁਣ ਉਹਨਾਂ ਨੂੰ ਪਤਾ ਜੀ ਇਹ ਗੱਲ, ਠੀਕ ਹੈ ਨਾ। ਬਾਕੀ ਸੁਮੇਸ਼ ਸੈਣੀ ਜਿਹੜਾ ਹੈਗਾ ਉਹ ਖੁਦ ਕਹਿੰਦਾ ਤਾਂ ਜੋ ਸੁਣਨ 'ਚ ਆਇਆ ਵੀ ਕਹਿੰਦੇ ਹੁੰਦੇ ਅਤੇ ਜੋ ਨਿਊਜ਼ ਪੇਪਰ ਦੇ ਫੇਸਬੁੱਕ ਦੇ ਵਿੱਚ ਵੀ ਆ ਰਿਹਾ ਵੀ ਉਹ ਕਹਿੰਦਾ ਹੁੰਦਾ ਤਾਂ ਵੀ ਜੇ ਜੇ ਮੈਨੂੰ ਕੋਈ ਮਾਰੂਗਾ ਤਾਂ ਬਲਵਿੰਦਰ ਜਟਾਣਾ ਮਾਰੂਗਾ, ਅਦਰਵਾਈਜ਼ ਮੈਨੂੰ ਕੋਈ ਨਹੀਂ ਮਾਰ ਸਕਦਾ। ਕਿਉਂ ਡਰ? ਕਿਉਂ ਡਰ ਸੀਗਾ ਜਟਾਣੇ ਦਾ ਸਿਆਣੀ ਨੂੰ? ਡਰਤਾ ਜੀ ਉਹਨੂੰ। ਕੀ ਕੋਈ ਕਾਰਨ ਤਾਂ ਹੋਊਗਾ ਇਹਨਾਂ ਪਿੱਛੇ ਕੋਈ? ਹੁਣ ਇਹ ਤਾਂ ਉਹ ਜਾਣਦੇ ਨੇ ਜੀ, ਕਿਉਂਕਿ ਗੱਲ ਇਹ ਵੀ ਆਈ ਸੀ ਨਾ ਕਹਿੰਦੇ ਜਦੋਂ ਸੁਮੇਧ ਸੈਣੀ ਤੇ ਹਮਲਾ ਹੁੰਦਾ ਸੀ ਉਸ ਤੋਂ ਬਾਅਦ ਹੀ ਜਿਹੜਾ ਜਟਾਣੇ ਦੇ ਪਰਿਵਾਰ ਤੇ ਹਮਲਾ ਹੋਇਆ ਸੀਗਾ ਤੁਹਾਡੇ? ਇਹ ਜਿਹੜੀ ਜਦੋਂ ਸੁਮੇਧ ਸੈਣੀ ਤੇ ਹਮਲਾ ਹੋਇਆ ਉਹ ਨਿਊਜ਼ ਪੇਪਰਾਂ ਦੇ ਵਿੱਚ ਇਹ ਬਾਅਦ ਚੋਂ ਜਿਹੜੀ ਖਬਰ ਪਿੰਡਾਂ ਟਾਈਗਰ ਫੋਰਸ ਨੇ ਜਿਹੜੀ ਹੈਗੀ ਜ਼ਿੰਮੇਵਾਰੀ ਲਈ ਹੈ, ਨਾ ਕਿ ਉਹਨਾਂ ਨੇ ਲਈ ਸੀ। ਦੇਖੋ ਸਾਨੂੰ ਤਾਂ ਅਖਬਾਰਾਂ ਦੇ ਥਰੂ ਦੇਖੋ ਨਿਊਜ਼ ਪੇਪਰਾਂ ਦੇ ਥਰੂ ਹੀ ਪਤਾ ਚੱਲਦਾ ਤਾ, ਅਦਰਵਾਈਜ਼ ਕੋਈ ਇਦਾਂ ਦਾ ਉਹ ਨਹੀਂ ਹੈਗਾ। ਅੱਛਾ, ਜਿਹੜਾ ਹੁਣ ਅਸੀਂ ਘਰ ਜ਼ਰੂਰ ਦਿਖਾਵਾਂਗੇ, ਪਹਿਲਾਂ ਪੁਰਾਣਾ ਘਰ ਸੀਗਾ ਤੇ ਤੁਸੀਂ ਨਵਾਂ ਕਦੋਂ ਬਣਾਇਆ ਹੁਣ? ਇਹ 20 ਸਾਲ ਤਾਂ ਉਸੇ ਤਰ੍ਹਾਂ ਰਿਹਾ ਜੀ, ਯਾਨੀ 91 ਤੋਂ 2011 'ਚ ਇਹਨੂੰ ਨਵਾਂ ਬਣਾਇਆ ਗਿਆ, 2012-'ਚ ਮੁਕੰਮਲ ਹੋ ਗਿਆ। ਥੋੜ੍ਹਾ ਦੱਸੋਗੇ ਉਸ ਸਮੇਂ ਕਿਸ ਤਰ੍ਹਾਂ ਦਾ ਸਟਰਕਚਰ ਸੀਗਾ ਜਿਹੜਾ ਗਾ ਇਹਦਾ ਪੂਰਾ ਘਰ ਦਾ ਸੀਗਾ? ਇੱਥੇ ਤੱਕ ਜਿਹੜਾ ਹੈਗਾ ਖਾਲੀ ਪਲਾਟ ਤਾ ਜੀ, ਉੱਥੋਂ ਤੋਂ ਲੈ ਕੇ ਖਾਲੀ ਪਲਾਟ ਤਾ ਦੀਵਾਰ ਤੇ ਇੱਧਰ ਨੂੰ ਯਾਨੀ ਇੱਕ
ਇੱਥੇ ਇੱਕ ਬੈਠਕ ਬੈਠਕ ਬਣਾਈ ਦੀ ਉਹਦੀ ਤਾਂ ਕਿ ਵਿੰਡੋ ਵੀ ਇਧਰ ਨੂੰ ਸੀ ਸੀ ਇਹਦਾ ਇੱਕ ਇਧਰ ਸੀਗਾ ਮੂੰਹ ਯਾਨੀ ਦਰਵਾਜ਼ਾ ਉਧਰ ਨੂੰ ਤਾਂ ਜੀ ਇਧਰ ਨੂੰ ਬੈਠਕ ਦਾ ਯਾਨੀ ਉਹ ਰੱਖੀ ਵੀ ਤੀ ਜੀ ਆਪਣੇ ਜਿਹੜਾ ਇੱਥੇ ਕਮਰਾ ਬਣਾਇਆ ਵਾ ਤਾਂ ਉਹਦਾ ਯਾਨੀ ਖਿੜਕੀ ਰੱਖੀ ਵੀ ਤੀ ਜੀ ਇਧਰ ਨੂੰ ਹਵਾ ਵਾਸਤੇ ਕ੍ਰੋਸਿੰਗ ਵਾਸਤੇ ਔਰ ਇੱਥੇ ਇੱਕ ਤੱਕ ਇਹ ਹੈਗਾ ਤਾਂ ਜੀ ਇੱਥੇ ਦਾ ਕਮਰਾ ਇੱਥੇ ਜਿਹੜਾ ਹੈਗਾ 10 ਫੁੱਟ ਦਾ ਕਰੀਬ ਇੱਥੇ ਜਿਹੜਾ ਹੈਗਾ ਆਪਣਾ ਗੇਟ ਦਾ ਔਰ ਗੇਟ ਦੇ ਸਾਹਮਣੇ ਜਿਹੜਾ ਹੈ ਇੱਕ ਹਾਲ ਕਮਰਾ ਦਾ ਔਰ ਹਾਲ ਕਮਰੇ ਦੇ ਬਰਾਂਡਾ ਦਾ ਔਰ ਆਪਣਾ ਬਰਾਂਡੇ ਦੇ ਵਿੱਚ ਖੁੱਲਾ ਬੇੜਾ ਵੀ ਹੈਗਾ ਤਾਂ ਨਾਲ ਕਿਚਨ ਦਾ ਇੱਕ ਸਟੋਰ ਦਾ ਇੱਥੇ ਮਤਲਬ ਕਿ ਜਿਹੜਾ ਹਾਂਜੀ ਇੱਥੇ ਹੀ ਹੋਇਆ ਜੋ ਵੀ ਹੈ ਗਲੀ ਇਹੀ ਜਿਹੜੀ ਹੈਗਾ ਇਹਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਕੋਈ ਤੁਹਾਨੂੰ ਧਮਕੀ ਆਈਆਂ ਸੀ ਕਿਉਂਕਿ ਕਹਿੰਦੇ ਹੁੰਦੇ ਨਾ ਜਦੋਂ ਕੋਈ ਸਾਡੇ ਹੇਟਰ ਵੀ ਵਿਰੋਧੀ ਵੀ ਪੂਰੇ ਹੋ ਜਾਂਦੇ ਨੇ ਕਦੇ ਕਿਸੇ ਅਜੇ ਜੀ ਸ਼ਖਸ ਦੇ ਵੱਲੋਂ ਤੁਹਾਨੂੰ ਕੋਈ ਧਮਕੀ ਧਮਕੀ ਆਈ ਨਹੀਂ ਇਦਾਂ ਦੀ ਕੋਈ ਕਿਸੇ ਨੂੰ ਹੋ ਰਿਹਾ ਹਾਂਜੀ ਇਸ ਤਰ੍ਹਾਂ ਦਾ ਕੋਈ ਉਦਾਂ ਨਹੀਂ ਆਇਆ ਜੀ ਤੇ ਪੁਲਿਸ ਦੇ ਵੱਲੋਂ ਕੋਈ ਤੁਹਾਨੂੰ ਤੰਗ ਪਰੇਸ਼ਾਨ ਉਸ ਤੋਂ ਬਾਅਦ ਜਿਹੜਾ ਕੀਤਾ ਗਿਆ ਹੋਵੇ ਨਹੀਂ ਨਹੀਂ ਉਸ ਤੋਂ ਬਾਅਦ ਕੁਝ ਨਹੀਂ ਕਿਹਾ ਐਕਚੁਅਲ ਉਹਨਾਂ ਦਾ ਮੇਨ ਉਹਨਾਂ ਨੂੰ ਮੇਨ ਦੇ ਕੋ ਗਵਰਨਮੈਂਟ ਤੇ ਉਹ ਗਵਰਨਮੈਂਟ ਦੇ ਹਿਸਾਬ ਨਾਲ ਜਿਹੜਾ ਹੈਗਾ ਬਲਵਿੰਦਰ ਕਰਕੇ ਉਹ ਜਿਹੜਾ ਥੋੜੇ ਸਾਨੂੰ ਪੁੱਛਦੇ ਹੁੰਦੇ ਤੇ ਵੀ ਦੱਸੋ ਕਿੱਥੇ ਆ ਕਿਆ ਹੈ ਦੇਖੋ ਜਿਹੜਾ ਘਰ ਛੱਡ ਗਿਆ ਉਹਨਾਂ ਦਾ ਕੀ ਹੋ ਠੀਕ ਹੈ ਨਾ ਜੀ ਔਰ ਉਹਨਾਂ ਨੇ ਉੱਥੇ ਕੋਈ ਉਹ ਨਹੀਂ ਕੀਤਾ ਜੀ ਤੇ ਘਰੇ ਕਦੇ ਰਾਬਤਾ ਕਾਇਮ ਕਰਨ ਦੀ ਉਹਨਾਂ ਨੇ ਕਦੇ ਕੋਸ਼ਿਸ਼ ਤਾਂ ਨਹੀਂ ਕੀਤੀ ਸੀਗੀ ਨਹੀਂ ਇਦਾਂ ਦਾ ਕੋਈ ਉਹ ਨਹੀਂ ਹੈਗਾ ਤੇ ਅੱਜ ਜਿਵੇਂ ਹੁਣ ਗਾਣਾ ਹਾਲਾਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਬਲਵਿੰਦਰ ਚਟਾਣਾ ਵੀ ਕੋਈ ਸ਼ਖਸ ਸੀਗਾ ਹਨਾ ਉਹਦੇ ਇਨਕਾਊਂਟਰ ਸੀ ਅੱਜ ਕੱਲਾ ਕੱਲਾ ਜਨ ਨੂੰ ਫਿਰ ਅੱਜ ਸਾਹਿਬ ਤੇ ਸਰਚ ਕੀਤਾ ਜਾ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੈਂ ਵੀ ਕੱਲ ਦੇਖਿਆ ਜੀ ਇਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਸਰਚ ਹੋ ਰਿਹਾ ਜੀ ਯਾਨੀ ਇਹਦੇ ਵਾਸਤੇ ਇੱਕ ਨਵੀਂ ਜਾਗਰਤੀ ਲਿਆਤੀ ਹੈ ਦੇਖੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਉਹਨੂੰ ਕਿਸੇ ਹਿਸਾਬ ਨਾਲ ਕਹਿ ਸਕੀਏ ਦੇਖੋ ਇਹ ਜਿਹੜਾ 91 ਦੇ ਵਿੱਚ ਹੈ ਜਿਸ ਟਾਈਮ ਉਹ ਕੁਛ ਬੱਚੇ 6-7-8 ਸਾਲ ਦੇ ਉਹਨਾਂ ਨੂੰ ਵੀ ਨਹੀਂ ਪਤਾ ਤਾ ਲੇਕਿਨ ਇਹ ਦੁਬਾਰਾ ਜਿਹੜੇ 35-40 ਸਾਲ ਦੇ ਬੰਦਿਆਂ ਨੂੰ ਵੀ ਇਹ ਜ਼ਿਆਦਾ ਪਤਾ ਲੱਗ ਗਿਆ ਵੀ ਐਸ ਬਾਈ ਅਲ ਨਹਿਰ ਕਿਸ ਕੋਤੇ ਰੁਕੀ ਹੈ ਔਰ ਬਲਵਿੰਦਰ ਜਟਾਣਾ ਕੌਣ ਦਾ ਹੈ ਇਹ ਦੁਬਾਰਾ ਜਿਹੜਾ ਹੈਗਾ ਕਿਹਾ ਜਾਂਦਾ ਕਿ ਜਿਵੇਂ ਨਾਮ ਆਉਂਦਾ ਜ਼ਿਕਰ ਹੁੰਦਾ ਕਿ ਇੰਜਰਨ ਦਾ ਕਤਲ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਈ ਲੋਕ ਇਹ ਵੀ ਕਹਿੰਦੇ ਨੇ ਜੇ ਉਹ ਨਾ ਹੁੰਦੀ ਕਾਰਵਾਈ ਤਾਂ ਹੋ ਸਕਦਾ ਵੀ ਐਸ ਵਾਈ ਐਲ ਨਿਕਲ ਸਕਦੀ ਸੀ ਉਹ ਤਾਂ ਬਣੇ ਰਹੀ ਸੀ ਜੀ ਐਸ ਵਾਈ ਐਲ ਤਾਂ ਬਣੇ ਰਹੀ ਸੀ ਔਰ ਇਹ ਉਸ ਤੋਂ ਬਾਅਦ ਹੀ ਰੁਕੀ ਹੈ ਜੀ 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 ਉਸ ਤੋਂ ਬਾਅਦ ਹੀ ਰੁਕੀ ਆ ਚਲੋ ਉਹਨਾਂ ਦਾ ਆਪਣਾ ਉਹ ਤਾਂ ਵੀ ਉਹਨਾਂ ਨੇ ਕਿਆ ਸੋਚ ਕੇ ਉਹ ਕੀਤਾ ਔਰ ਅੱਜ ਦੀਆਂ ਸਰਕਾਰਾਂ ਆਪਣਾ ਉਹ ਕਰ ਰਹੇ ਵੀ ਸਾਡੇ ਕੋਲ ਪਾਣੀ ਨਹੀਂ ਹੈਗਾ ਉਹ ਜੇ ਉਸ ਟਾਈਮ ਸਾਥ ਦਿੰਦੀਆਂ ਤਾਂ ਇਦਾਂ ਦੇ ਹਾਲ ਕਿਉਂ ਹੁੰਦੇ ਉਸ ਸਮੇਂ ਕੁਝ ਹਾਲਾਤ ਕਿਵੇਂ ਦੇ ਸੀਗੇ ਕਿਉਂਕਿ ਜ਼ਿਕਰ ਹੁੰਦਾ ਕਿ ਪੁਲਿਸ ਵੀ ਬੜਾ ਤੰਗ ਪਰੇਸ਼ਾਨ ਕਰਦੇ ਸੀ ਉਸ ਤਰ੍ਹਾਂ ਕਿਵੇਂ ਲੱਗਦਾ ਕਿਵੇਂ ਦੇ ਹਾਲਾਤ ਸੀ ਉੱਥੇ ਹਾਲਾਤ ਤਾਂ ਉਸ ਟਾਈਮ ਖਰਾਬ ਹੀ ਤਾਂ ਜੀ ਬਹੁਤ ਜ਼ਿਆਦਾ ਯਾਨੀ ਸੀਆਰਪੀ ਇੱਥੇ ਹੁੰਦੀ ਸੀ ਸਾਰਾ ਕੁਝ ਯਾਨੀ ਆਮ ਬੰਦੇ ਦਾ ਕੰਮ ਕਰਨਾ ਵੀ ਮੁਸ਼ਕਿਲ ਤਾਂ ਲੇਕਿਨ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਜੀ ਕਿਉਂਕਿ ਇੱਕ ਮੈਨੂੰ ਲੱਗਦਾ ਨਾਮ ਵੀ ਜੁੜ ਜਾਂਦਾ ਨਾ ਜਿਵੇਂ ਬਲਵਿੰਦਰ ਜਟਾਣਾ ਜਟਾਣੇ ਦੇ ਪਿੰਡ ਦਾ ਨਾਮ ਵੀ ਜੁੜ ਜਾਂਦਾ ਹੋਊਗਾ ਉਸ ਟਾਈਮ ਤਾਂ ਜੀ ਜਟਾਣਾ ਪਿੰਡ ਲੈਣਾ ਵੀ ਇੱਕ ਮੁਸ਼ਕਿਲ ਨਾਮ ਤਾਂ ਕਿਤੇ ਵੀ ਰੋਕ ਲੈਂਦੇ ਕਿਹੜਾ ਪਿੰਡ ਹੈ ਜਟਾਣਾ ਲੈਣਾ ਪਿੰਡ ਦਾ ਕਹਿਣਾ ਵੀ ਮੁਸ਼ਕਿਲ ਹੋ ਜਾਂਦਾ ਲੋਕ ਕਈ ਵਾਰ ਦੱਸਦੇ ਵੀ ਹੋਣੇ ਵੀ ਜਟਾਣਾ ਪਿੰਡ ਤੋਂ ਆ ਸੀ ਲੱਗਦਾ ਹੁਣ ਵੀ ਸਾਨੂੰ ਨਾ ਚੱਕ ਕੇ ਲੈ ਜਾਣ ਸਾਨੂੰ ਨਹੀਂ ਚੱਕਣਾ ਤਾਂ ਚਲੋ ਐ ਆ ਵੀ ਉਹ ਥੋੜਾ ਹਰਾਸ਼ਮੈਂਟ ਕਰ ਦਿੰਦੇ ਅੱਛਾ ਉਹਨਾਂ ਦਾ ਹਰਾਸ਼ਮੈਂਟ ਕਰ ਦਿੰਦੇ ਹੁਣ ਉਹੀ ਤਾਂ ਹੋਰ ਤਾਂ ਕੁਛ ਨਹੀਂ ਹੈ ਜੀ ਅੱਜ ਕਿਵੇਂ ਲੱਗ ਰਿਹਾ ਫਿਰ ਤੁਹਾਡੇ ਭਰਾ ਨੂੰ ਹਰ ਇੱਕ ਥਾਂ ਤੇ ਸਰਚ ਕੀਤਾ ਜਾ ਰਿਹਾ ਲੋਕ ਜਾਣਨਾ ਚਾਹ ਰਹੇ ਨੇ ਸੁਣਨਾ ਚਾਹ ਰਹੇ ਨੇ ਦੇਖੋ ਅਸੀਂ ਕਹਾਂਗੇ ਵੀ ਇਸ ਪਰਿਵਾਰ ਦਾ ਦੁਬਾਰਾ ਨਾਮ ਸਾਡੇ ਵੀਰ ਕਰਕੇ ਫਿਰ ਉਹ ਆਇਆ ਔਰ ਉਹ ਯਾਨੀ ਬੁਲੰਦੀ ਦੇ ਛਾਇਆ ਬੜਾ ਪ੍ਰਾਊਡ ਹੈ ਜੀ ਇਸ ਗੱਲ ਸੁਮੇਧ ਸੈਣੀ ਦਾ ਅਕਸਰ ਜ਼ਿਕਰ ਹੁੰਦਾ ਕਹਿੰਦੇ ਬੜਾ ਇਹਨਾਂ ਦਾ ਨਾਲ ਰਹੇ ਨੇ ਸੁਮੇਧ ਸੈਣੀ ਦਾ ਹਰ ਵਾਰੀ ਨਾਮ ਆਉਂਦਾ ਕੀ ਕਹਿਣਾ ਤੁਹਾਨੂੰ ਵੀ ਕਦੇ ਸੁਮੇਧ ਸੈਣੀ ਵੱਲੋਂ ਜਾਂ ਕਦੇ ਕੁਛ ਕਿਹਾ ਗਿਆ ਸੀਗਾ ਸੁਮੇਧ ਸੈਣੀ ਨੂੰ ਇਸ ਤਰ੍ਹਾਂ ਜੀ ਮੈਂ ਤਾਂ ਤੁਹਾਨੂੰ ਸਹੀ ਗੱਲ ਦੱਸਾਂ ਉਸ ਵਾਹਿਗੁਰੂ ਦੀ ਕਿਰਪਾ ਰਹੀ ਵੀ ਮੈਨੂੰ ਇੱਕ ਦੋ ਵਾਰੀ ਸੀਆਈਡੀ ਸਟਾਫ ਵੀ ਲੈ ਗਏ ਔਰ ਥਾਣੇ 'ਚ ਵੀ ਲੈ ਗਏ ਪਰ ਸਾਨੂੰ ਕੁਛ ਨਹੀਂ ਕਿਹਾ ਗਿਆ ਐਵੇਂ ਤੁਹਾਨੂੰ ਕਹਾਂ ਲੇਕਿਨ ਇੱਕ ਵਾਰ ਜਿਹੜਾ ਹੈਗਾ ਮੇਰੇ ਬ੍ਰਦਰ ਜਿਹੜੇ ਹੈਗੇ ਚੰਡੀਗੜ੍ਹ ਪੁਲਿਸ ਲੈ ਗਏ ਤੇ ਉਹਨਾਂ ਨੂੰ ਔਰ ਇੱਕ ਜਿਹੜਾ ਸਾਡਾ ਪੂਆ ਦਾ ਲੜਕਾ ਦਿੱਲੀ ਤੋਂ ਇੱਕ ਜਿਹੜਾ ਮੇਰੇ ਜੀਜਾ ਜੀ ਅਤੇ ਉਹਨਾਂ ਨੂੰ ਖੁਦ ਨਹੀਂ ਪਤਾ ਤਾਂ ਉਹਨਾਂ ਮੈਰਿਜ ਵੀ ਬਾਤ ਹੋਈ ਹੈ ਜਦਕਿ ਉਹਨਾਂ ਨੂੰ ਪਤਾ ਵੀ ਨਹੀਂ ਤਾਂ ਨਲਵਿੰਦਰ ਬਾਰੇ ਕੁਛ ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਮੁੰਡੇ ਦਾ ਵਿਆਹ ਤਾ ਬਲਵਿੰਦਰ ਦੇ ਛੋਟੇ ਭਰਾ ਜਿਹੜੇ ਸਾਡੇ ਅਸੀਂ ਆਪਣਾ ਭੂਆ ਜੀ ਦੇ ਬੇਟੇ ਨੂੰ ਅਡੋਪਟ ਕੀਤਾ ਵਾ ਤਾਂ ਉਹਨਾਂ ਨੇ ਉਹਦੇ ਵਿਆਹ ਤੇ ਲੈ ਗਏ ਤੇ ਜੇ ਉੱਥੇ ਜਾਣੇ ਉਹਨਾਂ ਨੇ ਬੜਾ ਟੌਰਚਰ ਕੀਤਾ ਜੀ ਜਿਵੇਂ ਸਵੇਦ ਜੀ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਤਾਂ ਪੂਰਾ ਟੌਰਚਰ ਕੀਤਾ ਜੀ ਉਹਨਾਂ ਨੂੰ ਵੀ ਦੱਸੋ ਕਿੱਥੇ ਆ ਕਿਆ ਨਹੀਂ ਤੁਹਾਨੂੰ ਮਾਰ ਦਿੱਤਾ ਜਾਏਗਾ ਫਲਾਣਾ ਕਰੇਗਾ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈਗਾ ਉਦੋਂ ਤੋਂ ਉਹ ਘਰ ਛੱਡ ਗਏ ਸੀਗੇ ਨਾ ਨਹੀਂ ਬਲਵਿੰਦਰ ਨਹੀਂ ਸਾਡੇ ਜੀ ਬਲਵਿੰਦਰ ਤਾਂ ਆਪਣਾ 87 ਦੇ ਅਪ੍ਰੈਲ ਦੇ ਵਿੱਚ ਘਰ ਛੱਡ ਗਏ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਾਣਨ ਦੇ ਲਈ ਪੁਲਿਸ ਨੇ ਫੜੇ ਸੀਗੇ ਤੁਹਾਡੇ ਰਿਸ਼ਤੇਦਾਰ ਸੀ ਭਰਾ ਹਾਂਜੀ 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 ਵੀ ਦੱਸੋ ਕਿੱਥੇ ਹੈ
ਲੇਕਿਨ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੀ। ਇੱਕ ਸਰ ਬੜਾ ਜ਼ਿਕਰ ਹੁੰਦਾ ਜਦੋਂ ਇੰਨਾ ਵੱਡਾ ਵਾਰਦਾਤ ਹੋ ਗਈ ਸੀ ਹਨਾ, ਕਤਲੋਗਾਰਤ ਹੋ ਗਈ ਸੀ, ਉਸ ਤੋਂ ਬਾਅਦ ਵੀ ਪਰਿਵਾਰ ਨੇ ਕਿਉਂ ਨਹੀਂ ਕੇਸ ਕਰਨਾ ਚਾਹਿਆ? ਦੇਖੋ ਅਸੀਂ ਪਹਿਲਾਂ ਪਰਿਵਾਰ ਲੌਸ ਹੈ ਕਿ ਸਹਿ ਸੁੱਕੇ ਦੇ ਲੌਸ ਬਹੁਤ ਜ਼ਿਆਦਾ ਹੋਇਆ। ਹੁਣ ਵੀ ਦੇਖੋ ਅਸੀਂ ਇੱਦਾਂ ਦਾ ਕੋਈ ਨਿਕਲ ਕਰਨਾ ਕੰਮ ਨਹੀਂ ਕਰਨਾ ਚਾਹੁੰਦੇ ਵੀ ਜਿਹਦਾ ਪਰਿਵਾਰ ਦਾ ਲੌਸ ਹੋ। ਇਸ ਲਈ ਤੁਸੀਂ ਉਦੋਂ ਕੇਸ ਨਹੀਂ ਸੀ ਕੀਤਾ ਉਸ ਸਮੇਂ? ਆਪਣਾ ਸਾਦਾ ਜਿੰਦਾ ਜਿੰਨੇ ਮਿਹਨਤ ਕਰਕੇ ਜੋ ਹੈਗਾ ਕੰਮ ਕਰਕੇ ਹੀ ਰੋਟੀ ਖਾਣਾ ਚਾਹੁੰਦੇ ਹਾਂ। ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਇੱਦਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਕਰਕੇ ਕੋਈ ਹਾਲਾਤ ਜਾਂ ਖਰਾਬ ਹੋਵੇ ਜਾਂ ਕੁਛ ਇੱਦਾਂ ਦਾ, ਅਸੀਂ ਕੁਛ ਵੀ ਨਹੀਂ। ਵੀ ਜਿਵੇਂ ਅਜੀਤ ਪੂਲੇ ਦਾ ਨਾਮ ਆਇਆ ਸੀਗਾ ਉਦੋਂ ਤੁਸੀਂ ਉਹਨਾਂ ਦੇ ਖਿਲਾਫ ਕੋਈ FIR ਜਾਂ ਕੁਛ ਵੀ? ਉਹਨਾਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਕੀਤਾ ਜੀ। ਉਸ ਤੋਂ ਬਾਅਦ ਅਸੀਂ ਕਿਹਾ ਵੀ ਜੋ ਹੁਣ ਪਾਣਾ ਮਾਲਕ ਦਾ ਹੋਣਾ ਤਾਂ ਵਰਤ ਗਿਆ। ਕਿਤੇ ਇਹ ਤਾਂ ਨਹੀਂ ਸੀਗਾ ਵੀ ਪਰਿਵਾਰ ਡਰ ਗਿਆ ਸੀਗਾ? ਨਹੀਂ, ਇੱਦਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਦੇਖੋ ਜਦੋਂ ਸਾਡਾ ਪਰਿਵਾਰ ਹੀ ਖਤਮ ਹੋ ਗਿਆ ਫਿਰ ਵੀ ਕੁਛ ਨਾ ਕੁਛ ਕਰ ਸਕਦੇ ਤੇ ਜਥੇਬੰਦੀਆਂ ਵੀ ਕਹਿੰਦੀਆਂ ਤੀਆਂ, ਪਰ ਨਹੀਂ ਅਸੀਂ ਕਿਹਾ ਵੀ ਨਹੀਂ ਕੋਈ ਜੋ ਹੋ ਗਿਆ ਪਾਣਾ ਵਰਤ ਗਿਆ ਹੁਣ। ਜਥੇਬੰਦੀਆਂ ਨੇ ਕਿਹਾ ਸੀਗਾ ਵੀ ਕੇਸ ਕਰੋ? ਹਾਂਜੀ, ਜਥੇਬੰਦੀ ਤਾਂ ਤੁਹਾਨੂੰ ਪਤਾ ਹੈ ਵੀ ਤਾਂ ਚੱਲਦੀਆਂ ਆ ਜਥੇਬੰਦੀਆਂ, ਇਹ ਆ ਜਿਹੜੀਆਂ ਆਪਣੀਆਂ ਜਿਸ ਤਰ੍ਹਾਂ ਅਕਾਲੀ ਵਗੈਰਾ ਹੋ ਗਏ, ਇਹ ਲੀਡਰ ਜਿਹੜੇ ਇਹ ਹੈ ਉਹਨੇ ਆ ਕੇ ਦੂਜੀਆਂ ਆਪਣੇ ਜਥੇਬੰਦੀਆਂ ਨੇ, ਖੜਕੂ ਜਥੇਬੰਦੀ ਨੇ ਇਹ ਗੱਲ ਕਹੀ। ਉਹਨਾਂ ਦਾ ਕੋਈ ਇੱਦਾਂ ਦਾ ਕੋਈ ਨਹੀਂ ਹੈਗਾ। ਤੁਸੀਂ ਕੇਸ ਲੜੋ, ਅਸੀਂ ਤੁਹਾਡੇ ਨਾਲ ਖੜੇ ਆ। ਨਹੀਂ, ਉਹ ਕਹਿੰਦੇ ਕੇਸ ਕਰੋ, ਕੋਈ ਗੱਲ ਨਹੀਂ, ਜਿੱਥੇ ਦੂਰ ਤੋਂ ਹੀ ਤਾਂ ਅਸੀਂ ਆਵਾਂਗਾ। ਪਰ ਅਸੀਂ ਨਹੀਂ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ ਵੈਸੇ ਕੇਸ ਕਰਨ, ਕਿਉਂ ਸਰਕਾਰ ਦਾ ਆਪਣਾ ਤਾਂ ਉਸ ਵੱਲ ਕੇਸ ਕਰਨ ਦਾ ਵੀ ਕੋਈ ਉਹ ਨਹੀਂ। ਕਹਿੰਦੇ ਕਹਿੰਦੇ ਅਜੀਤ ਪੂਲਾ ਤਾਂ ਸਰਕਾਰੀ ਬੰਦਾ ਸੀ, ਉਹਨੂੰ ਡਰ ਹੀ ਨਹੀਂ ਸੀ ਕਿਸੇ ਦਾ। ਹਾਂਜੀ, ਉਹ ਸਮੇਦ ਸੈਣੀ ਦਾ ਖਾਸ ਉਹ ਦਾ, ਇਸ ਕਰਕੇ ਜੋ ਵੀ ਉਹ ਸਮੇਦ ਸੈਣੀ ਕਹਿੰਦਾ ਦਾ ਉਹੀ ਕਰ ਦਿੱਤਾ ਜੀ। ਔਰ ਇੱਕ ਪਰਿਵਾਰ ਖਾਨਪੁਰ ਦੇ ਜੋਗਾ ਸਿੰਘ ਜੀ ਨੂੰ ਪਰਿਵਾਰ ਨੇ ਖਤਮ ਕੀਤਾ, ਉਹਨੇ ਤੁਸੀਂ ਨਿਊਜ਼ ਪੇਪਰਾਂ ਦੇ ਵਿੱਚ ਪੜ੍ਹਦੇ ਹੋ। ਠੀਕ ਹੈ, ਜਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਅਜੀਤ ਪੂਲੇ ਦਾ ਵੀ ਕਤਲ ਕਰਤਾ ਕਿਸੇ ਨੇ, ਉਹਨੂੰ ਵੀ ਜੇਲ੍ਹ ਦੇ ਵਿੱਚ ਸਾੜਤਾ ਸੀ, ਉਸ ਸਮੇਂ ਉਸ ਤੋਂ ਬਾਅਦ ਕਿਵੇਂ ਦਾ ਰਿਐਕਸ਼ਨ ਸੀਗਾ ਪਰਿਵਾਰ ਦੇ ਵਿੱਚ? ਅਸੀਂ ਕੀ ਰਿਐਕਸ਼ਨ ਕਰਨਾ, ਸਾਡਾ ਪਰਿਵਾਰ ਚਲੇ ਗਿਆ ਤਾਂ ਜੀ ਹੁਣ ਅਸੀਂ ਕੀ ਰਿਐਕਸ਼ਨ ਕਰਨਾ? ਚਲੋ ਬਹੁਤ ਹੋਇਆ, ਲੋਕਾਂ ਨੇ ਬਹੁਤ ਕਿਹਾ ਵੀ ਅਖਬਾਰਾਂ ਦੇ ਵਿੱਚ ਵੀ ਉਹ ਜ਼ਾਲਮ ਹੀ ਦੱਸਦੇ ਤੇ ਉਹਨੂੰ ਵੀ ਹੋਇਆ। ਅਸੀਂ ਤਾਂ ਚਲੋ ਅਸੀਂ ਕਿਹਾ ਵੀ ਚਲੋ ਹੋ ਗਿਆ, ਹੁਣ ਕੀ ਕਰਿਆ ਜਾ। ਧੰਨਵਾਦ ਜੀ ਗੱਲ ਕਹਿੰਦੇ। ਤਾਂ ਇਹ ਸਨ ਬਲਵਿੰਦਰ ਸਿੰਘ ਜਟਾਣਾ ਦੇ ਚਾਚਾ ਜੀ ਦੇ ਬੇਟੇ। ਤਾਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ, ਕਿਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਸੀਗੇ ਭਾਈ ਬਲਵਿੰਦਰ ਸਿੰਘ ਜਟਾਣਾ, ਕਿਉਂ ਪੁਲਿਸ ਦੀਆਂ ਨਜ਼ਰਾਂ ਵਿੱਚ ਚੜ ਗਏ ਸੀਗੇ, ਪੂਰਾ ਘਰ ਵੀ ਦਿਖਾਇਆ, ਦੱਸਿਆ ਇਹਨਾਂ ਨੇ ਕਿਸ ਤਰ੍ਹਾਂ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ, ਕਿੰਨੇ ਪਰਿਵਾਰਕ ਮੈਂਬਰ ਸੀਗੇ, ਤਾਂ ਪੁਲਿਸ ਦੇ ਵੱਲੋਂ ਕੀ ਤਸ਼ੱਦਦ ਢਾਇਆ ਗਿਆ, ਤਾਂ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਨੇ। ਕਿਉਂਕਿ ਬਲਵਿੰਦਰ ਸਿੰਘ ਜਟਾਣਾ ਹਾਲਾਂਕਿ ਕੋਈ ਨਹੀਂ ਜਾਣਦਾ ਹੋਣਾ ਪਹਿਲਾਂ, ਪਰ ਅੱਜ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਇਆ, ਤਾਂ ਅੱਜ ਹਰ ਇੱਕ ਬਲਵਿੰਦਰ ਸਿੰਘ ਜਟਾਣਾ ਨੂੰ ਸਰਚ ਕਰ ਰਿਹਾ, ਬਲਵਿੰਦਰ ਸਿੰਘ ਜਟਾਣਾ ਨੂੰ ਜਾਣਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਿਹਾ। ਤਾਂ ਅਸੀਂ ਵੀ ਥੋੜ੍ਹੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਸੀ, ਤੁਹਾਡੇ ਰੂਬਰੂ ਕਰਵਾਇਆ ਕਿ ਆਖਿਰ ਤੁਸੀਂ ਵੀ ਜਾਣ ਸਕੋ ਕਿ ਆਖਿਰ ਕਿਸ ਤਰ੍ਹਾਂ ਦਾ ਉਸ ਸਮੇਂ ਮਾਹੌਲ ਸੀ, ਕਿਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਸੀਗੇ ਭਾਈ ਬਲਵਿੰਦਰ ਸਿੰਘ ਜਟਾਣਾ, ਤਾਂ ਕਿਸ ਤਰ੍ਹਾਂ ਦੀ ਉਹਨਾਂ ਦੇ ਵੱਲੋਂ ਜੋ ਹੈ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ।